ਆਪਣਾ ਕੀ ਹੈ ਜੀ ਇਹ ਪਿੰਡ ਵਾਸੀਆਂ ਨੇ ਆਪਣੇ ਸਹਿਯੋਗ ਨਾਲ ਇੱਕ ਟੀਮ ਬਣਾਈ ਹੈਗੀ ਇਹਨਾਂ ਦੇ ਸਹਿਯੋਗ ਨਾਲ ਆ ਜਿਹੜੇ ਨਸ਼ਾ ਤਸਕਰ ਆ ਗਿਆ ਪਿੰਡ ਦੇ ਜਿਹੜੇ ਮੇਨ ਨਸ਼ਾ ਤਸਕਰ ਆ ਗਿਆ ਜਿਹੜੇ ਨਸ਼ੇ ਦੇ ਸੌਦਾਗਰ ਨਹੀਂ ਮੌਤ ਦੇ ਸੌਦਾਗਰ ਕਹਿੰਦੇ ਜਿਹਨਾਂ ਨੂੰ ਅਸੀਂ ਉਹਨਾਂ ਦੇ ਖਿਲਾਫ ਪਿੰਡ ਵਾਲਿਆਂ ਨੇ ਅੱਜ ਤੋਂ 4-5 ਦਿਨ ਪਹਿਲਾਂ ਵੀ ਇੱਕ ਮੁਹਿੰਮ ਉੱਡੀ ਸੀ ਉਹਨਾਂ ਨੇ ਜਾ ਕੇ ਜਿਹਨਾਂ ਲੋਕਾਂ ਨੇ ਉਹਦਾ ਵਿਰੋਧ ਕੀਤਾ ਹੈਗਾ ਉਹਨਾਂ ਦੇ ਘਰ ਜਾ ਕੇ ਤੱਕ ਉਹਨਾਂ ਦਾ ਹਮਲਾ ਕੀਤਾ ਹੈਗਾ ਉਹਨਾਂ 'ਤੇ ਉਹਨਾਂ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਕੋਸ਼ਿਸ਼ ਕੀਤੀ ਗਈ ਇੰਨਾ ਕਹਿਣਾ ਦੇ ਹੌਂਸਲੇ ਬੁਲੰਦ ਹੈਗੇ ਆ ਵੀ ਤੁਸੀਂ ਪੁੱਛੋ ਹੀ ਨਾ ਉਹਦਾ ਮੇਨ ਕਾਰਨ ਜਿਹੜਾ ਹੈਗਾ ਹੌਂਸਲਿਆਂ ਦੇ ਬੁਲੰਦ ਹੋਣ ਦਾ ਵੀ ਪਿਛਲੀਆਂ ਜਿਹੜੀਆਂ ਪਿੰਡ ਦੀਆਂ ਪੰਚਾਇਤਾਂ ਜਾਂ ਪਿੰਡ ਦੇ ਮੋਹਤਬਾਰ ਵਿਅਕਤੀ ਹੈਗੇ ਆ ਉਹਨਾਂ ਨੇ ਕਦੀ ਇਹ ਫਾਟਕ ਨਹੀਂ ਪਣਿਆੜ ਵਾਲਾ ਟੱਪਣ ਦਿੱਤਾ ਜੀ ਇਹਨਾਂ ਨੂੰ ਚਿੱਟੇ ਦੇ ਵਪਾਰੀਆਂ ਨੂੰ ਚਿੱਟੇ ਦੇ ਤਸਕਰਾਂ ਨੂੰ ਫਾਟਕ ਨਹੀਂ ਟੱਪਣ ਦਿੱਤਾ ਜੇ ਕੋਈ ਪੁਲਿਸ ਅਫਸਰ ਹਿੰਮਤ ਕਰਕੇ ਇਹਨਾਂ ਨੂੰ ਫੜਦਾ ਵੀ ਹੈਗਾ ਜੀ ਤਾਂ ਪਹਿਲੇ ਜਾਣੀ ਕਿ ਫੋਨ ਚੱਲ ਜਾਂਦੇ ਹੈਗੇ ਉਹਨਾਂ ਨੂੰ ਥਰੈਟ ਕੀਤਾ ਜਾਂਦਾ ਹੈਗਾ ਵੀ ਇਹ ਸਾਡਾ ਬੰਦਾ ਹੈਗਾ ਇਹਨੂੰ ਛੱਡ ਦਿਓ ਇਹਨਾਂ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਅੱਜ ਪਿੰਡ ਪਨਿਆੜ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਲਗਾਤਾਰ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ 9 ਦੁਕਾਨਾਂ ਇੱਕ ਸੁਨਿਆਰੇ ਦੀ ਦੁਕਾਨ ਹੋਰ ਮੁਨਿਆਰੀ ਦੀ ਦੁਕਾਨਾਂ ਕਰਿਆਨੇ ਦੀ ਦੁਕਾਨਾਂ ਇੱਕ ਗੁਰਦੁਆਰਾ ਸਾਹਿਬ ਇੱਕ ਰਵਿਦਾਸ ਮੰਦਿਰ ਲਗਾਤਾਰ ਲੋਕਾਂ ਜਾਣੀ ਕਿ ਚੋਰਾਂ ਵੱਲੋਂ ਇਸ ਚੀਜ਼ ਦਾ ਨਿਸ਼ਾਨਾ ਬਣਾਇਆ ਗਿਆ ਇਹਨਾਂ ਨੂੰ ਲੁੱਟਾਂ ਕੀਤੀਆਂ ਗਈਆਂ ਹੈਗੀਆਂ ਉਹਦਾ ਮੇਨ ਕਾਰਨ ਹੀ ਇਹੋ ਹੈਗਾ ਚਿੱਟੇ ਪੈਸੇ ਨਹੀਂ ਮਿਲਦੇ ਹੈਗੇ ਜਿਹੜੇ ਗਰੀਬ ਘਰਾਂ ਦੇ ਬੱਚੇ ਇਸ ਕੋਰਟ ਦੇ ਨਾਲ ਲੱਗੇ ਹੋਏ ਨੇ ਉਹ ਇਸ ਚੀਜ਼ ਨੂੰ ਪੂਰਾ ਨਹੀਂ ਕਰ ਸਕਦੇ ਹੈਗੇ ਅੱਜ ਵੀ ਇਹ ਦੂਰਜੀ ਸ਼ਾਮ ਸਿੰਘ ਦੇ ਦੋ ਬੱਚੇ ਆ ਇੱਥੋਂ ਪਨਿਆੜੋਂ ਤਸਕਰ ਆਇਆ ਨਸ਼ਾ ਲੈਣ ਆਇਆ ਤਸਕਰਾਂ ਕੋਲੋਂ ਇਹ 500 ਰੁਪਏ ਦਾ ਦੋਨੇ ਸੱਕੇ ਭਰਾ ਆ ਜੀ ਹੈ ਜਾਂ ਨਸ਼ਾ ਕਰ ਰਹੇ ਹੈਗੇ ਨੇ ਕੀ ਕਮਾਉਂਦੇ ਹੋਣਗੇ ਅਤੇ ਕੀ ਖਾਂਦੇ ਹੋਣਗੇ ਨਸ਼ੇ 'ਚ ਸਭ ਕੁਛ ਛੁੱਟ ਜਾਂਦਾ ਹੋਏਗਾ ਸਾਡੀ ਪ੍ਰਸ਼ਾਸਨ ਕੋਲੋਂ ਮੁੱਖ ਮੰਤਰੀ ਸਾਹਿਬ ਕੋਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਹੱਥ ਜੋੜ ਕੇ ਬੇਨਤੀ ਹੈਗੀ ਹੈ ਕਿ ਇਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਜਾਂ ਕੇਸ ਆਧਾਰ ਘਰ ਦੇ ਵਿੱਚ ਦਾਖਲ ਕਰਾਇਆ ਜਾਏ ਅਤੇ ਨਸ਼ੇ ਦੇ ਤਸਕਰ ਆ ਜਿਹੜੇ ਉਹਨਾਂ ਦੇ ਇੱਦਾਂ ਦੀਆਂ ਧਾਰਾਵਾਂ ਲਾ ਕੇ ਪਰਚੇ ਦਿੱਤੇ ਜਾਣ ਤਾਂ ਸਾਰੀ ਉਮਰ ਜੇਲ੍ਹ 'ਚ ਲੰਘ ਜੇ ਉਹਨਾਂ ਦੀਆਂ ਪ੍ਰਾਪਰਟੀਆਂ ਤੱਕ ਦੀ ਜਾਂਚ ਕੀਤੀ ਜਾਵੇ ਕਿ ਉਹਨਾਂ ਨੇ ਜਿਹੜੀਆਂ ਹੈਗੀਆਂ ਲਗਜ਼ਰੀ ਸੁਵਿਧਾਵਾਂ ਲੈ ਰਹੇ ਨੇ ਜਿਹੜੀਆਂ ਉਹ ਕਿੱਥੋਂ ਲੈ ਰਹੇ ਹੈਗੇ ਕਿਹੜੀਆਂ ਉਹਨਾਂ ਦੀਆਂ ਫੈਕਟਰੀਆਂ ਜਾਂ ਧੰਦੇ ਚੱਲਣ ਦੇ ਹੈਗੇ ਜਿਹਦੇ ਨਾਲ ਉਹ ਐਡੀ ਐਡੀ ਤਗੜੀਆਂ ਕੋਟੀਆਂ ਐਡੀਆਂ ਲਗਜ਼ਰੀ ਗੱਡੀਆਂ ਔਰ ਇੰਨੇ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਹੈਗੇ ਖਾ ਕਰਕੇ ਇਹ ਚਿੱਟੇ ਦੇ ਤਸਕਰ ਹੋਣ ਕਰਕੇ ਸਾਡੇ ਏਰੀਏ ਦੇ ਵਿੱਚੋਂ ਇਹ ਪਿੰਡ ਗਾਂਧੀਆਂ ਪਣਿਆੜ ਵਾਂਖਾ ਡੀਡਾ ਸਾਂਸੀਆਂ ਬਹਿਰਾਮਪੁਰ ਅਤੇ ਇਹ ਜਿਸ ਪਿੰਡ ਦੇ ਬੱਚੇ ਹੈਗੇ ਨੇ ਦੂਰਜੀ ਸ਼ਾਮ ਸਿੰਘ ਦੇ ਇਹ 4-5 ਪਿੰਡ ਦੇ ਵਿੱਚ ਅਗਰ ਨਸ਼ਾ ਤਸਕਰਾਂ ਨੂੰ ਨਕੇਲ ਪਾ ਦਿੱਤੀ ਜਾਏ ਤਾਂ ਸਾਡੇ ਇਲਾਕੇ ਦੇ ਵਿੱਚੋਂ ਹੈਗਾ ਉਹ 95% ਚਿੱਟਾ ਜਿਹੜਾ ਹੈਗਾ ਉਹ ਬੰਦ ਹੋ ਜਾਂਦਾ ਹੈਗਾ ਮੈਂ ਪੁਲਿਸ ਪ੍ਰਸ਼ਾਸਨ ਕੋਲ ਬੇਨਤੀ ਹੈਗੀ ਹੈ ਕਿ ਇਹਨਾਂ ਦੇ ਨਸ਼ੇ ਦੇ ਤਸਕਰਾਂ ਅੱਗੇ ਨਾ ਜਿਹੜੀ ਇਹਨਾਂ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਠਾਰ ਸਾਹਿਬ ਤੁਹਾਡਾ ਇਹ ਤਾਂ ਕਹਿਣਾ ਹੋ ਗਿਆ ਪੁਲਿਸ ਆਉਂਦੀ ਆ ਪੁਲਿਸ ਜਿਹੜਾ ਨਸ਼ਾ ਕਰਦਾ ਉਹਨੂੰ ਚੱਕ ਕੇ ਲੈ ਆਉਂਦੀ ਆ ਜਿਹੜਾ ਵੇਚਣ ਵਾਲਾ ਉਹਨੂੰ ਛੱਡ ਜਾਂਦੀ ਆ ਇਹ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਪੁਲਿਸ ਕਾਰਵਾਈ ਤਾਂ ਕਰ ਰਹੀ ਆ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਉੱਤੇ ਵੀ ਜਦੋਂ ਦੀ ਇਹ ਮੌਜੂਦਾ ਸਰਕਾਰ ਆਈ ਹੈ ਨਸ਼ਾ ਤਸਕਰਾਂ ਦੇ ਉੱਤੇ ਵੀ ਕਾਰਵਾਈ ਹੋ ਰਹੀ ਹੈਗੀ ਆ ਜਿਹੜਾ ਇਹਨਾਂ ਨੂੰ ਨਸ਼ਾ ਵੇਚਦੇ ਹਨ ਮੇਨ ਸਪਾਇਰ ਉਹ ਆਪਣੇ ਕਾਫੀ ਬੰਦੇ ਇਕੱਠੇ ਕਰਕੇ 35-40 ਬੰਦੇ ਇਕੱਠੇ ਕਰਕੇ ਤੇ ਉਹਨਾਂ ਦੇ ਜਿਨ੍ਹਾਂ ਨੇ ਪਿੰਡ ਵਾਲਿਆਂ ਫੜਿਆ ਉਹਨਾਂ ਦੇ ਘਰ ਜਾ ਕੇ ਰਾਤ ਹੱਲਾ ਗੁਲਾ ਕੀਤਾ ਵਾ ਉਹ ਤੇ ਰੱਬ ਦੀ ਖੈਰ ਹੋਈ ਵੀ ਬੰਦੇ ਨਹੀਂ ਸਾਹਮਣੇ ਮਿਲੇ ਅਗਰ ਉਹਦਾ ਟਾਕਰਾ ਹੋ ਜਾਂਦਾ ਇੱਥੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸਾਡੇ ਪਿੰਡ ਦਾ ਰਿਕਾਰਡ ਆ ਇੱਕ 10ਵਾਂ ਗੁਰਦੁਆਰਾ 11ਵਾਂ ਰਵਿਦਾਸ ਦਾ ਮੰਦਿਰ ਤੇ ਲੁੱਟਣ ਵਾਲੇ ਕਿਹੜੇ ਆ ਇਹੋ ਜਿਹਾ ਖਾਣ ਪੀ ਕੇ ਜੱਟਾਂ ਲਾ ਕੇ ਲੁੱਟਣ ਵਾਲੇ ਉਹ ਕਿਹੜੇ ਲੁੱਟਣ ਵਾਲੇ ਇੱਥੇ ਆ ਮੇਰੀ ਦੁਕਾਨ ਸੁਨਿਆਰ ਦੀ ਇੱਥੇ ਮੇਰੀ ਦੁਕਾਨ ਵੀ ਲੁੱਟੋਈ ਇੱਥੇ ਅੱਜ ਤੋਂ ਡੇਢ 9 ਦੁਕਾਨ ਅੱਜ ਤੋਂ ਕੁਝ 5-10 ਦਿਨ ਪਹਿਲੇ ਦੀ ਗੱਲ ਹੈ ਬੜੀ ਅੱਗੇ 9 ਦੁਕਾਨਾਂ ਰਿਕਾਰਡ ਹੁੰਦਾ ਇੱਕ ਪਿੰਡ ਵਿੱਚ ਟੁੱਟਣੀਆਂ ਕਿਤੇ ਇੱਕੋ ਦਿਨ ਦੇ ਵਿੱਚ ਉਹ ਵੀ ਦੋ ਘੰਟੇ ਜਿਗਰਾ ਹੁੰਦਾ ਇੱਕ ਪਿੰਡ ਦੇ ਵਿੱਚ ਪਣਿਆਰ ਦੇ ਗੱਬੇ ਚੌਂਕ ਦੇ ਉਹ ਵੀ ਦੋ ਘੰਟੇ ਦੇ ਗੱਬੇ ਉਹ ਵੀ ਅੱਗੇ ਵੀ ਛੱਡਾ ਤੇ ਹੋਏ ਇੱਕ ਕਬੇ ਦੇ 12 ਵਜੇ ਲੈ ਕੇ 4 ਵਜੇ ਚੌਂਕ ਦੇ ਵਿੱਚ 9 ਦੁਕਾਨਾਂ ਇਹਨਾਂ ਦੇ ਅੰਨੇ ਹੌਸਲੇ ਬੁਲੰਦ ਆ ਗਿਆ ਇੰਨਾ ਡਰ ਹੈ ਇੰਨੀ ਦਹਿਸ਼ਤ ਆ ਇਸ ਪਿੰਡ ਦੇ ਵਿੱਚ ਅੱਗੇ ਅੱਜ ਤੋਂ 1.5-2 ਸਾਲ ਪਹਿਲਾਂ ਵੀ ਆਪਾਂ ਮੀਡੀਆ ਜਿਹੜਾ ਹੈ ਚਿੱਟਾ ਵੇਚਣ ਵਾਲੇ ਲੋਕਾਂ ਦੇ ਘਰੇ ਮਾਰਨ ਤੱਕ ਆਏ ਦੇ ਆਗੇ ਕਹਿਣਾ ਕਿ ਇਹਨਾਂ ਨੂੰ ਕੀ ਆ ਕੇ ਕਹਿਣੇ ਅੱਜ ਤੋਂ 1.5-2 ਸਾਲ ਪਹਿਲਾਂ ਵੀ ਆਪਾਂ ਫੜ ਕੇ ਮੀਡੀਆ 'ਚ ਵੀ ਕਢਵਾਇਆ ਸੀ ਫਿਰ ਵੀ ਕੋਈ ਫਰਕ ਨਹੀਂ ਪਿਆ ਸਾਡੇ ਪਿੰਡ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਸੀ ਉਹਦੀ ਤਾਂ ਤੁਸੀਂ ਗੱਲ ਨਾ ਜਾਣਦੇ ਜਿਹੜੀ ਹੁਣ ਆਪਣੇ ਅਸੀਂ ਸਾਡੀ ਸਰਕਾਰ ਜਿਹੜੀ ਹੁਣ ਆਈ ਅਸੀਂ ਪ੍ਰਸ਼ਾਸਨ ਕੋਲ ਸਾਡੀ ਇਹੀ ਮੰਗ ਹੈਗੀ ਆ ਜਾਂ ਤਾਂ ਇਹਨਾਂ ਨੂੰ ਨੱਥ ਪਾਈ ਜਾਏ ਜੇ ਨਹੀਂ ਪੈਂਦੀ ਇਹਦੇ ਕੋਲ ਨੱਥ ਫਿਰ ਆਪਣੇ ਹਿਸਾਬ ਨਾਲ ਅਸੀਂ ਪਿੰਡ ਦੇ ਵਿੱਚ ਬੈਠੇ ਹਾਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਨੱਥ ਪਾ ਲਾਂਗੇ ਕੱਲ੍ਹ ਨੂੰ ਕੋਈ ਗੱਲ ਹੋ ਜਾਂਦੀ ਹੈ ਜੇ ਕੱਲ੍ਹ ਨੂੰ ਇੱਕ ਵਾਰੀ ਸਾਡੇ ਘਰ ਆ ਗਏ ਆ ਅਸੀਂ ਕਹਿ ਨਹੀਂ ਸਕਦੇ ਦੂਜੀ ਵਾਰੀ ਕੋਈ ਇੱਦਾਂ ਦੀ ਗੱਲ ਹੋ ਗਈ ਅਸੀਂ ਵੀ ਜਾਨੀ ਨੁਕਸਾਨ ਕਰ ਸਕਦੇ ਹਾਂ ਇਹਨਾਂ ਦਾ ਜੋ ਵੀ ਜ਼ਿੰਮੇਵਾਰ ਹੋਏਗਾ ਪ੍ਰਸ਼ਾਸਨ ਹੋਏਗਾ ਅਸੀਂ ਇਹਨਾਂ ਨੂੰ ਅੱਜ ਕਹਿੰਦੇ ਹਾਂ ਵੀ ਅੱਜ ਇਹਨਾਂ ਨੂੰ ਨੱਥ ਪਾਈ ਜਾਏ ਤਾਂ ਚੰਗੀ ਹੈ ਨਹੀਂ ਪਾਓਗੇ ਤਾਂ ਕਿਸੇ ਦਾ ਵੀ ਘਾਟਾ ਹੋ ਸਕਦਾ ਜਾਨੀ ਘਾਟਾ ਕਿਸੇ ਦਾ ਵੀ ਹੋ ਸਕਦਾ ਠੀਕ ਹੈ ਜੀ ਅਸੀਂ ਇਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੇ ਵੀ ਇਹਨਾਂ ਨੂੰ ਆ ਕੇ ਜਲਦ ਤੋਂ ਜਲਦ ਨੱਥ ਪਾਈ ਜਾਏ